ਦੋਸਤੋ ਦੋਸਤੋ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿ ਪੀਜੀਆਈ ਦੀ ਜਿਹੜੀ ਆਨਲਾਈਨ ਅਪਾਇੰਟਮੈਂਟ ਆਪਾਂ ਉਹ ਕਿਸ ਤਰ੍ਹਾਂ ਲੈ ਸਕਦੇ ਆ ਇੱਕ ਤਾਂ ਹੁੰਦੀ ਆ ਸਭ ਤੋਂ ਪਹਿਲੀ ਵਾਰ ਜਦੋਂ ਆਪਾਂ ਪੀਜੀਆਈ ਜਾ ਰਹੇ ਆ ਜਿਹੜਾ ਸਭ ਤੋਂ ਪਹਿਲਾ ਕਾਰਡ ਤੁਹਾਡਾ ਬਣਦਾ ਉਸ ਲਾਈਨ 'ਚ ਨਾ ਲੱਗਣਾ ਪਵੇ ਤੁਹਾਨੂੰ ਤੁਸੀਂ ਦੇਖਿਆ ਹੋਊਗਾ ਜਿਹੜੇ ਬੰਦੇ ਪੀਜੀਆਈ ਗਏ ਹੋਣਗੇ ਇੱਕ ਆਨਲਾਈਨ ਦੀ ਅਲੱਗ ਲਾਈਨ ਲੱਗਦੀ ਆ ਉਹ ਬਹੁਤ ਛੋਟੀ ਹੁੰਦੀ ਆ ਤੇ ਉਹਦੀ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਕਰਨੀ ਆ ਤੇ ਦੂਸਰਾ ਜੇ ਤੁਹਾਨੂੰ ਤੁਹਾਡੇ ਕੋਲ ਕਾਰਡ ਬਣਿਆ ਹੋਇਆ ਤੁਹਾਡੇ ਕੋਲ ਸੀਆਰ ਨੰਬਰ ਹੈਗਾ ਉਹ ਤੁਸੀਂ ਕਰਨੀ ਆ ਉਹ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਕਰਨੀ ਆ ਦੋਹੇ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੇ ਫੋਨ ਦੇ ਵਿੱਚ Chrome ਬ੍ਰਾਊਜ਼ਰ ਇੰਸਟਾਲ ਕਰ ਲੈਣਾ ਜੋ ਕਿ ਤੁਹਾਨੂੰ ਦਿਖ ਰਿਹਾ ਜੇ ਨਹੀਂ ਹੈਗਾ ਤੁਸੀਂ Play Store ਤੇ ਜਾ ਕੇ ਇੰਸਟਾਲ ਕਰ ਸਕਦੇ ਹੋ Play Store 'ਚ ਜਾ ਕੇ Chrome ਜਿਹੜਾ ਉਹ ਸਰਚ ਕਰਨਾ ਠੀਕ ਹੈ ਇੰਸਟਾਲ ਕਰਨਾ ਤੇ ਉਹਨੂੰ ਓਪਨ ਕਰ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ Google Chrome ਤੇ ਜਾ ਕੇ ਨਾ ਤੁਸੀਂ Google ਦੇ ਵਿੱਚ ਤੁਸੀਂ ਕਰਨਾ ਹੈ PGI PGI ਆਨਲਾਈਨ ਰਜਿਸਟ੍ਰੇਸ਼ਨ ਸਰਚ ਕਰ ਦੇਣਾ ਮੈਂ ਵੈਸੇ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੂੰਗਾ ਪਹਿਲਾ ਲਿੰਕ ਨਹੀਂ ਖੋਲਣਾ ਆਪਾਂ ਆਪਾ ਖੋਲਣਾ ਦੂਜਾ ਲਿੰਕ ਆਨਲਾਈਨ ਪ੍ਰੀ ਰਜਿਸਟ੍ਰੇਸ਼ਨ ਦੇਖੋ ਆ ਜਿਹੜਾ ਲਿੰਕ ਹੈ ਇਹਦੇ ਤੁਸੀਂ ਕਲਿੱਕ ਕਰ ਦੇਣਾ ਜਦੋਂ ਕਲਿੱਕ ਕਰੋਗੇ ਆ ਸਕਰੀਨ ਸਾਹਮਣੇ ਆ ਜਾਊਗੀ ਤੁਹਾਡੇ ਦੇਖੋ ਇਹਨੂੰ ਜ਼ੂਮ ਕਰਕੇ ਦਿਖਾਣਾ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਹੈਗਾ ਜੀ ਨਿਊ ਓਲਡ ਪ੍ਰੀ ਰਜਿਸਟ੍ਰੇਸ਼ਨ ਯਾਨੀ ਕਿ ਜੇ ਤੁਸੀਂ ਪਹਿਲੀ ਵਾਰ ਪੀਏ ਜਾ ਰਹੇ ਹੋ ਤਾਂ ਤੁਸੀਂ ਆਪਸ਼ਨ ਸਿਲੈਕਟ ਕਰੋਗੇ ਅੱਪਾ ਇਥੇ ਜਿੰਮ ਨਹੀਂ ਆਉਂਦੇ ਆ ਮੰਨ ਲਓ ਪਹਿਲੀ ਵਾਰ ਪੀਜੀਆ ਜਾ ਰਹੇ ਆ ਆਪਾਂ ਨਹੀਂ ਗਏ ਕਦੇ ਆਪਾਂ ਆਨਲਾਈਨ ਅਪਾਇੰਟਮੈਂਟ ਲੈ ਰਹੇ ਆ ਇੱਥੇ ਆਪਾਂ ਕਲਿੱਕ ਕਰਾਂਗੇ ਨਿਊ 올ਡ ਪ੍ਰੀ ਰਜਿਸਟ੍ਰੇਸ਼ਨ ਤੇ ਠੀਕ ਹੈ ਜੀ ਹੁਣ ਇਹ ਕਹਿੰਦੇ డు ਯੂ ਹੈਵ ਸੈਂਟਰ ਰਜਿਸਟ੍ਰੇਸ਼ਨ ਨੰਬਰ ਪੀਜੀਆ ਨਹੀਂ ਹੈਗਾ ਆਪਣੇ ਕੋਲ ਤਾਂ ਆਪਾਂ ਇੱਥੇ ਨੋ ਕਰ ਦਾਂਗੇ ਉਸ ਤੋਂ ਬਾਅਦ ਸਿੰਪਲੀ ਕੁਝ ਨਹੀਂ ਕਰਨਾ ਤੁਸੀਂ ਨੈਕਸਟ ਕਰ ਦੇਣਾ ਹੁਣ ਇਹ ਤੁਹਾਡੇ ਡਿਟੇਲ ਮੰਗੂਗਾ ਸਾਰੀ ਠੀਕ ਹੈ ਸਭ ਤੋਂ ਪਹਿਲਾਂ ਦੇਖੋ ਵਿਜ਼ਿਟਿੰਗ ਡਿਪਾਰਟਮੈਂਟ ਆ ਗਿਆ ਵਿਸਟਿੰਗ ਡਿਪਾਰਟਮੈਂਟ ਦੇ ਵਿੱਚ ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ ਹੋ ਦੋਸਤੋ ਕਿਉਂਕਿ ਸਾਨੂੰ ਨਹੀਂ ਪਤਾ ਕਿ ਫਰਜ਼ ਕਰੋ ਆਪਾਂ ਨੂੰ ਕੋਈ ਬਿਮਾਰੀ ਹੈ ਕੋਈ ਕੈਂਸਰ ਪੇਸ਼ੈਂਟ ਆ ਜਾਂ ਕੋਈ ਹੋਰ ਆ ਆਪਾਂ ਨੂੰ ਨਹੀਂ ਪਤਾ ਵੀ ਕਿਸ ਉਸ ਚ ਜਾਣਾ ਵੈਸੇ ਮੈਨੂੰ ਪਤਾ ਪਰ ਜਨਰਲੀ ਜੇ ਕੋਈ ਹੋਰ ਬਿਮਾਰੀ ਹੈ ਕਿਸੇ ਨੂੰ ਨਹੀਂ ਪਤਾ ਤੁਸੀਂ ਜਰਨਲ ਸਰਜਰੀ ਸਿਲੈਕਟ ਕਰ ਲੈਣੀ ਆ ਉੱਤੇ ਠੀਕ ਹੈ ਜੀ ਥੋੜੀ ਜੀ ਵੇਟ ਕਰਨੀ ਆ ਹੁਣ ਇਹ ਆਪਾਂ ਤੋਂ ਡੇਟ ਮੰਗੂਗਾ ਵੀ ਕਿਹੜੀ ਡੇਟ ਤੁਸੀਂ ਜਾਣਾ ਚਾਹੁੰਦੇ ਹੋ ਠੀਕ ਹੈ ਆ ਦੇਖੋ ਉਸ ਤੋਂ ਬਾਅਦ ਤੁਹਾਡੇ ਬ੍ਰਾਊਜ਼ਰ ਦੇ ਸਾਹਮਣੇ ਥੋੜੀ ਜੀ ਵੇਟ ਕਰਕੇ ਆ ਵਾਲੀ ਚੀਜ਼ ਆ ਜਾਊਗੀ ਇਹ ਕਹਿੰਦਾ ਇਹ ਤੁਹਾਨੂੰ ਕੀ ਦਿਖਾ ਰਿਹਾ ਹੁਣ ਇਹ ਦਿਖਾ ਰਿਹਾ ਕਿ ਅਵੇਲੇਬਲ ਸਲੋਟ ਕਿਹੜੇ ਨੇ ਦੇਖੋ 14 ਮਈ ਦੀ ਆ 16 ਮਈ ਦੀ ਆ ਜਿਹੜੇ ਹਰੇ-ਹਰੇ ਡੱਬੇ ਬਣੇ ਹੋਏ ਨੇ ਇਹਨਾਂ ਨੂੰ ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ ਹੋ ਮੈਂ 14 ਦੀ ਤਰੀਕ ਸਿਲੈਕਟ ਕਰ ਲਈ ਠੀਕ ਹੈ ਉਸ ਤੋਂ ਬਾਅਦ ਇਹ ਟਾਈਮ ਸਲੋਟ ਤੁਹਾਨੂੰ ਪੁੱਛੇਗਾ ਵੀ ਤੁਸੀਂ 8 ਵਜੇ ਦੇ ਟਾਈਮ ਸਲੋਟ ਚਾਹਨਾ ਚਾਹੁੰਦੇ ਹੋ 9 ਵਜੇ ਦੇ ਜਾਂ 10 ਵਜੇ ਦੇ ਆਪਾਂ 9 ਵਜੇ ਦਾ ਸਿਲੈਕਟ ਕਰ ਲਿਆ ਦੇਖੋ ਇਸ ਖਾਨੇ 'ਚ ਹੁਣ ਆਪੇ ਭਰੇ ਜਾਣਗੇ 14/5/2022 ਆ ਗਈ ਤੇ 9 ਵਜੇ ਦਾ ਸਲੋਟ ਜਿਹੜਾ ਬੁੱਕ ਹੋ ਗਿਆ ਇਸ ਤੋਂ ਬਾਅਦ ਦੋਸਤੋ ਆਪਾਂ ਸਾਰੇ ਉਕਲਮੋਂ ਭਰਨੇ ਆ ਜਿਨ੍ਹਾਂ ਦੇ ਆ ਲਾਲ ਨਿਸ਼ਾਨ ਲੱਗਿਆ ਹੈ ਦੇਖੋ ਇਹ ਲਾਲ ਨਿਸ਼ਾਨ ਲੱਗਿਆ ਹੋਇਆ ਨਾ ਮੂਰੇ ਸਟਾਰ ਦਾ ਇਹ ਸਾਰੇ ਕੋਲਮ ਭਰਨੇ ਜ਼ਰੂਰੀ ਹੁੰਦੇ ਨੇ ਠੀਕ ਹੈ ਇਹ ਸਟਾਰ ਵਾਲੇ ਪਾਸਾਰੇ ਤਕਰੀਬਨ ਕੋਲਮ ਭਰਦੇ ਆ ਲਾਸਟ ਦੇ ਦੇਖੋ ਸਭ ਤੋਂ ਇੰਪੋਰਟੈਂਟ ਕੋਲਮ ਆ ਇਹ ਕੈਪਚਾ ਹੁੰਦਾ ਇਹਦੇ ਵਿੱਚ ਜਿਹੜੇ ਇਹ ਨੰਬਰ ਦਿਖਾਈ ਦੇ ਰਹੇ ਨੇ ਸੇਮ ਐਜ਼ ਇਟ ਇਜ਼ ਇਹੀ ਭਰਨੇ ਹੁੰਦੇ ਆ ਉਸ ਤੋਂ ਬਾਅਦ ਆਪਾਂ ਰਜਿਸਟਰ ਤੇ ਕਲਿੱਕ ਕਰ ਦੇਣਾ ਹੁਣ ਦੇਖੋ ਕੁਝ ਨਹੀਂ 5 ਮਿੰਟ ਦੇ ਅੰਦਰ ਤੁਹਾਡੀ ਜਿਹੜੀ ਆ ਆਨਲਾਈਨ ਦੀ ਜਿਹੜੀ ਰਸੀਪਟ ਉਹ ਬਣ ਕੇ ਆ ਚੁੱਕੀ ਆ ਕੀ ਕਹਿੰਦਾ ਹੈ ਯੂਅਰ ਪ੍ਰੀ ਰਜਿਸਟ੍ਰੇਸ਼ਨ ਇਜ਼ ਕੰਫਰਮਡ ਕਹਿੰਦੀ ਤੁਹਾਡੀ ਜਿਹੜੀ ਅਪਾਇੰਟਮੈਂਟ ਉਹ ਕੰਫਰਮ ਹੋ ਗਈ ਪ੍ਰੀ ਰਜਿਸਟ੍ਰੇਸ਼ਨ ਇਜ਼ ਵੈਲਿਡ ਫੋਰ ਸਿਲੈਕਟਡ ਡੇਟ ਆਫ ਵਿਜ਼ਿਟ ਪਲੀਜ਼ ਵਿਜ਼ਿਟ ਦ ਰਜਿਸਟ੍ਰੇਸ਼ਨ ਕਾਊਂਟਰ ਐਸ ਪਰ ਦੀ ਅਪਡੇਟਡ ਟਾਈਮ ਕਹਿੰਦੇ ਸਿਰਫ ਜਿਹੜੀ ਤੁਸੀਂ ਡੇਟ ਸਿਲੈਕਟ ਕੀਤੀ ਆ ਆਪਾਂ 14 ਮਈ ਸਿਲੈਕਟ ਕੀਤੀ ਆ ਤਾਂ ਇਹ 14 ਮਈ ਵਾਸਤੇ ਹੀ ਵੈਲਿਡ ਹੈ ਤੇ ਤੁਸੀਂ 9 ਵਜੇ ਦਾ ਟਾਈਮ ਸਲੋਟ ਕੀਤਾ ਤਾਂ 9 ਵਜੇ ਤੁਸੀਂ ਉਸ ਕਾਊਂਟਰ ਤੇ ਆਨਲਾਈਨ ਵਾਲੇ ਕਾਊਂਟਰ ਤੇ ਪਹੁੰਚਣੇ ਚਾਹੀਦੇ ਹੋ ਦੋਸਤੋ ਇੱਥੇ ਜਿਹੜੀ ਅਪਾਇੰਟਮੈਂਟ ਹੋ ਰਹੀ ਆ ਦਾ ਮਤਲਬ ਇਹ ਨਹੀਂ ਕਿ ਤੁਸੀਂ ਡਾਕਟਰ ਦਾ ਤੁਹਾਨੂੰ ਸਿੱਧੀ ਅਪਾਇੰਟਮੈਂਟ ਮਿਲ ਗਈ। ਇਹ ਸਿਰਫ ਉਹ ਅਪਾਇੰਟਮੈਂਟ ਆ ਜਿਹੜੀ ਸਭ ਤੋਂ ਪਹਿਲਾਂ ਅਸੀਂ ਪੀਜੀ ਜਾਵਾਂਗੇ ਜਿਹੜੀ ਸਭ ਤੋਂ ਮੇਨ ਗੇਟ ਤੇ ਲਾਈਨ ਲੱਗਦੀ ਆ। ਉਸ ਦੀ ਇੱਕ ਆਨਲਾਈਨ ਵਾਲਿਆਂ ਦੀ ਅਲੱਗ ਲਾਈਨ ਲੱਗਦੀ ਆ। ਉਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਨੰਬਰ ਜਲਦੀ ਆ ਜਾਂਦਾ। ਇਹ ਤੁਸੀਂ ਜੇ ਰਸੀਪਟ ਲੈ ਕੇ ਜਾਓਗੇ। ਤੁਸੀਂ ਇੱਥੋਂ ਪ੍ਰਿੰਟ ਵੀ ਕਰ ਸਕਦੇ ਹੋ। ਠੀਕ ਹੈ। ਜਿੰਨੀ ਪ੍ਰਿੰਟ ਕਰਨ ਦਾ ਇਹਦਾ 스ਨੈਪਸ਼ੋਟ ਵੀ ਲੈ ਸਕਦੇ ਹੋ। ਇੱਥੇ ਜੇ ਪ੍ਰਿੰਟ ਕਰਾਂਗੇ ਆਪਾਂ ਪ੍ਰਿੰਟ ਤੇ ਦਬਾਂਗੇ। ਠੀਕ ਹੈ। ਸੌਰੀ ਤੈਨੂੰ ਸੇਵ ਐਸ ਪੀਡੀਐਫ ਕਰ ਲਿਓ ਇਹ ਪੀਡੀਐਫ ਆ ਜੂਗੀ ਇੱਥੋਂ ਪੀਡੀਐਫ ਤੇ ਕਲਿੱਕ ਕਰਕੇ ਤੁਸੀਂ ਸੇਵ ਵੀ ਕਰ ਸਕਦੇ ਹੋ ਜਾਂ ਸਕਰੀਨਸ਼ੀਟ ਸਕਰੀਨਸ਼ਾਟ ਵੀ ਤੁਸੀਂ ਕਰ ਲੋਗੇ ਤਾਂ ਤੁਹਾਡਾ ਜਿਹੜਾ ਮੇਨ ਤਾਂ ਇਹ ਨੰਬਰ ਚੱਲਣਾ ਜਿਹੜਾ ਤੁਹਾਡਾ ਆਨਲਾਈਨ ਅਪਲੀਕੇਸ਼ਨ ਰਜਿਸਟ੍ਰੇਸ਼ਨ ਨੰਬਰ ਆ ਰਿਹਾ ਹੈ ਨਾ ਇਹ ਨੰਬਰ ਨੇ ਤੁਹਾਡੇ ਨੇ ਕੰਮ ਕਰਨਾ ਬਾਕੀ ਤਾਂ ਵੈਸੇ ਸਕਰੀਨਸ਼ਾਟ ਵੀ ਲੈ ਕੇ ਤੁਸੀਂ ਜਾ ਸਕਦੇ ਹੋ ਠੀਕ ਹੈ ਪ੍ਰਿੰਟ ਕਰਾ ਲਓ ਤਾਂ ਬੈਟਰ ਹੈ ਹੁਣ ਇਹ ਤਰੀਕਾ ਤਾਂ ਸੀਗਾ ਜਿਹੜੀ ਪਹਿਲੀ ਵਾਰ ਆਪਾਂ ਪੀਆਈ ਜਾ ਰਹੇ ਹਾਂ ਹੁਣ ਦੂਜੀ ਗੱਲ ਕਰਦੇ ਆਪਾਂ ਆਪਣਾ ਕਾਰਡ ਬਣਿਆ ਹੋਇਆ ਅਪਾ ਵੈਸੇ ਅਪਾਇੰਟਮੈਂਟ ਕਰਾਣੀ ਆ ਕਿਸੇ ਪਾਰਟਿਕੂਲਰ ਡਿਪਾਰਟਮੈਂਟ ਚ ਉਹ ਆਪਾਂ ਦੇਖਦੇ ਹਾਂ ਕਿਵੇਂ ਕਰ ਸਕਦੇ ਹਾਂ ਠੀਕ ਆ ਬੈਕ ਆ ਜੂਗਾ ਬਿਲਕੁਲ ਉਸੇ ਪੇਜ ਤੇ ਜਿੱਥੋਂ ਆਪਾਂ ਸਟਾਰਟ ਕੀਤਾ ਸੀ ਹੁਣ ਆਪਾਂ ਹੈਗਾ ਰੀਸ਼ੈਡਿਊਲ ਅਪਾਇੰਟਮੈਂਟ ਯਾਨੀ ਕਿ ਅਸੀਂ ਪਹਿਲਾਂ ਜਾ ਚੁੱਕੇ ਹਾਂ ਸੌਰੀ ਉਹੀ ਯੂਜ਼ ਹੋਊਗਾ ਨਿਊ 올ਡ ਰੀਜਿਸਟ੍ਰੇਸ਼ਨ ਹੁਣ ਆਪਾਂ ਉਹੀ ਚੀਜ਼ ਯੂਜ਼ ਕਰਾਂਗੇ ਦੁਬਾਰਾ ਕਿਉਂਕਿ ਆਪਾਂ ਪਹਿਲਾਂ ਜਾ ਚੁੱਕੇ ਹੁਣ ਆਪਾਂ ਦੁਬਾਰਾ ਜਾਣਾ ਚਾਹੁੰਦੇ ਆ ਪੀਜੀ ਕਾਰਡ ਆਪਣਾ ਬਣਿਆ ਹੋਇਆ ਇੱਥੇ ਕਲਿੱਕ ਕਰਾਂਗੇ ਹੁਣ ਦੇਖੋ ਜੀ ਇੱਥੇ ਆਪਾਂ ਉੱਚਾ ਸੀਨੇ ਕਹਿੰਦਾ ਤੁਹਾਡੇ ਕੋਲ ਸੀਆਰ ਨੰਬਰ ਹੈਗਾ ਕਿ ਨਹੀਂ ਹੈਗਾ ਆਪਾਂ ਪਾਇਆ ਸੀ ਨਹੀਂ ਕਿਉਂਕਿ ਅਸੀਂ ਪਹਿਲੀ ਵਾਰ ਜਾ ਰਹੇ ਹਾਂ ਕਾਰਡ ਤਾਂ ਬਣਾਇਆ ਨਹੀਂ ਹੋਇਆ ਸੀ ਪਰ ਇਸ ਵਾਰ ਆਪਣੇ ਕੋਲ ਕਾਰਡ ਹੈਗਾ ਤਾਂ ਆਪਾਂ ਇੱਥੇ ਕੀ ਕਰਦਾਂਗੇ ਆਪਾਂ ਇੱਥੇ ਯੈਸ ਕਰਦਾਂਗੇ ਠੀਕ ਹੈ ਜੀ ਜੋ ਤੁਸੀਂ ਯੈਸ ਕਰਦੋਂਗੇ ਆਹ ਸਕਰੀਨ ਤੁਹਾਡੇ ਸਾਹਮਣੇ ਆ ਜੂਗੀ ਇਹ ਤੁਹਾਡੇ ਤੋਂ ਮੰਗੂਗਾ ਇੱਥੇ ਸੀਆਰ ਨੰਬਰ ਇਹ ਸੀਆਰ ਨੰਬਰ ਨਾ ਤੁਹਾਡੇ ਜਿਹੜਾ ਕਾਰਡ ਬਣਿਆ ਹੋਊਗਾ ਉਹਦੇ ਉੱਪਰ ਲਿਖਿਆ ਹੁੰਦਾ ਸਾਰਿਆਂ ਦੇ ਲਿਖਿਆ ਹੀ ਹੁੰਦਾ ਠੀਕ ਹੈ ਜੋ ਤੁਸੀਂ ਇੱਥੇ ਕਾਰਡ ਇੱਕ ਮਿੰਟ ਆ ਦੇਖੋ ਇਹ ਮੈਂ ਕਿਉਂਕਿ ਯੂਜ਼ ਕਰਦਾ ਮੇਰਾ ਕਾਰਡ ਨੰਬਰ ਆ ਗਿਆ ਇਦਾਂ ਦਾ ਕੋਈ ਨੰਬਰ ਹੋਊਗਾ ਤੁਹਾਡਾ ਵੀ ਸੀਆਰ ਨੰਬਰ ਠੀਕ ਹੈ 2019 ਜਾਂ 2020 ਤੋਂ ਸਟਾਰਟ ਹੋ ਕੇ ਉਸ ਤੋਂ ਬਾਅਦ ਤੁਸੀਂ ਜਨਰੇਟ ਓਟੀਪੀ ਕਰ ਦੇਣਾ ਹੁਣ ਜਿਹੜਾ ਇਹ ਤੁਸੀਂ ਨੰਬਰ ਰਜਿਸਟਰ ਕਰਾਇਆ ਹੋਊਗਾ ਉੱਥੇ ਪੀਜੀਆਈ ਚ ਆ ਦੇਖੋ ਇਹ 10-20 ਦਿਨ ਦਾ ਪਿਛਲੇ ਵੀ ਪਿਛਲੇ ਚਾਰ ਨੰਬਰ ਜਿਹੜੇ ਉਹ 8 771 ਹੈ ਉਸ ਤੇ ਤੁਹਾਨੂੰ ਮੈਸੇਜ ਆ ਜਾਊਗਾ ਦੇਖੋ ਮੈਨੂੰ ਓਟੀਪੀ ਆ ਗਿਆ ਉੱਪਰ ਆਪਾਂ ਓਟੀਪੀ ਭਰਾਂਗੇ ਨੈਕਸਟ ਕਰ ਦੇਣਾ ਉਸ ਤੋਂ ਬਾਅਦ ਠੀਕ ਹੈ ਓਟੀਪੀ ਭਰਨ ਤੋਂ ਬਾਅਦ ਆਪਾਂ ਨੈਕਸਟ ਕਰ ਦੇਣਾ ਹੁਣ ਦੇਖੋ ਆ ਸਕਰੀਨ ਬਣ ਕੇ ਆ ਗਈ ਤੁਹਾਡੇ ਕੋਲੇ ਤੁਹਾਡੀ ਡਿਟੇਲ ਆ ਜੂਗੀ ਉੱਪਰਲੇ ਪਾਸੇ ਨੇਮ ਜੈਂਡਰ ਫਾਦਰ ਨੇਮ ਠੀਕ ਹੈ ਸੀਆਰ ਨੰਬਰ ਏਜ ਉਸ ਤੋਂ ਬਾਅਦ ਤੁਸੀਂ ਜਿਹੜੇ ਡਿਪਾਰਟਮੈਂਟ ਚ ਪੀਵੀਅਸਲੀ ਵਿਜ਼ਿਟ ਕੀਤਾ ਸੀਗਾ ਮੰਨ ਲਓ ਤੁਸੀਂ ਕਾਰਡੀਓਲੋਜੀ ਨੂੰ ਡਾਕਟਰ ਨੂੰ ਦਿਖਾਉਣਾ ਜਾ ਇਹ ਡਿਪਾਰਟਮੈਂਟ ਆਪਣੇ ਆਪ ਆਣਗੇ ਜਿੰਨਾ ਤੁਸੀਂ ਪਹਿਲਾਂ ਪੀਜੀਆ ਹੀ ਜਾ ਚੁੱਕੇ ਹੋ ਹੁਣ ਤੁਸੀਂ ਮੈਂ ਸਟਾਰਟ ਕਰੋ ਕਾਰਡੀਓਲੋਜੀ ਦੀ ਕਰਾਣੀ ਤਾਂ ਕਾਰਡੀਓਲੋਜੀ ਸਿਲੈਕਟ ਕਰ ਲੈਣੀ ਆ ਉਸੇ ਤਰ੍ਹਾਂ ਹੀ ਹੁਣ ਇੱਥੇ ਡੇਟ ਪੁੱਛੂਗਾ ਇਹ ਥੋੜਾ ਜਿਹਾ ਟਾਈਮ ਲੱਗਦਾ ਆ ਦੇਖੋ ਇਹ ਅਵੇਲੇਬਲ ਸਲੋਟ ਨੇ ਦਿਖਾਤੇ ਆ ਵੀ 17 ਨੂੰ ਖਾਲੀ ਆ 20 ਨੂੰ ਖਾਲੀ ਆ ਮੈਂ 17 ਨੂੰ ਕਰਾ ਰਿਹਾ ਹਾਂ ਉਸ ਤੋਂ ਬਾਅਦ ਟਾਈਮ ਪੁੱਛੂਗਾ ਉਸੇ ਤਰ੍ਹਾਂ ਹੀ ਟਾਈਮ ਸਿਲੈਕਟ ਕਰ ਲੈਣਾ ਆਪਾਂ ਠੀਕ ਆ ਜੀ ਐਂਡ ਦੈਨ ਕੀ ਕਰ ਦੇਣਾ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਸਬਮਿਟ ਤੇ ਕਲਿੱਕ ਕਰ ਦੇਣਾ ਸੋਰੀ ਕਹਿੰਦਾ ਇੰਟਰ ਵੈਲੀਡੇਸ਼ਨ ਕੋਡ ਆਪਾਂ ਭੁੱਲ ਗਏ ਇਹ ਪਾ ਦੇਣਾ 1 i 6 s y y ਵੱਡਾ ਛੋਟਾ ਹੀ ਲੱਗ ਰਿਹਾ ਵਸ a ਇਹ ਥੋੜਾ ਜਿਹਾ ਹੈਗਾ ਔਖਾ ਕੰਮ ਇਹਦੇ ਚ ਸਬਮਿਟ ਕਰ ਦੇਣਾ ਠੀਕ ਹੈ ਜੀ ਉਸੇ ਤਰ੍ਹਾਂ ਦੋਸਤੋ ਜਿਵੇਂ ਪਹਿਲਾਂ ਤੁਹਾਡਾ ਕਾਰਡ ਬਣ ਕੇ ਆਇਆ ਸੀ ਉਸੇ ਤਰ੍ਹਾਂ ਹੀ ਇਹ ਨੀਚੇ ਬਣ ਕੇ ਆ ਗਈ ਡਿਟੇਲ ਸੀਆਰ ਨੰਬਰ ਤੋਂ ਤੁਹਾਨੂੰ ਮੈਸੇਜ ਵੀ ਆ ਗਿਆ ਉਲਟਾ ਤੁਹਾਨੂੰ ਇਹ ਮੈਸੇਜ ਜਾਂ ਫਿਰ ਉਹ ਕਾਰਡ ਦਿਖਾ ਕੇ ਮੈਸੇਜ ਜਾਂ ਕਾਰਡ ਦਿਖਾ ਕੇ ਤੁਸੀਂ ਇਹ ਜੜੀ ਆਪਣੀ ਉਥੇ ਅਪ ਕਾਰਡੀਓਲੋਜੀ ਦੇ ਵਿੱਚ ਹੁਣ ਰਜਿਸਟ੍ਰੇਸ਼ਨ ਤੁਹਾਡੀ ਹੋ ਗਈ ਤੁਸੀਂ ਉੱਥੇ ਜਾ ਸਕਦੇ ਹੋ ਉੱਥੇ ਵੀ ਇੱਕ ਆਨਲਾਈਨ ਦਾ ਵੱਖਰਾ ਕਾਊਂਟਰ ਹੁੰਦਾ ਬੜੀ ਜਲਦੀ ਆ ਜਾਂਦੀ ਆ ਸੋ ਇਹ ਬਹੁਤ ਹੀ ਸੁਖਾ ਪ੍ਰੋਸੈਸ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਸੀਂ ਲਾਈਕ ਕਰ ਦਿਓ ਸ਼ੇਅਰ ਕਰੋ ਵੱਧ ਤੋਂ ਵੱਧ ਬਹੁਤ ਜ਼ਰੂਰੀ ਇਨਫੋਰਮੇਸ਼ਨ ਆ ਇਹ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਕੋਈ ਕੁਐਸਚਨ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ ਧੰਨਵਾਦ